ਕਰੋਨਾ ਜਿਹੜਾ ਵੇਗਾ ਜਾ ਕੇ ਇਸ ਫੇਫੜਿਆਂ ਦੇ ਉੱਤੇ ਮੁਤਾਸਰ ਕਰਦਾ ਵੇਗਾ, ਇਹ ਖਾਸ ਕਰਕੇ ਅਸਬੀ ਰੇਸ਼ਿਆਂ ਨੂੰ ਮੁਤਾਸਰ ਕਰਦਾ, ਅਸਬੀ ਰੇਸ਼ਿਆਂ ਨੂੰ ਮੁਤਾਸਰ ਕਰਦਾ ਤੇ ਜਿਹੜੇ ਗੁੱਦਦ ਨੇ ਗੁੱਦੀ ਨਿਜ਼ਾਮ ਏ ਐਪੀਥੀਲੀਅਲ ਟਿਸ਼ੂ ਨੇਗੇ ਉਹਨਾਂ ਦੀ ਆਪਣੀਆਂ ਰਤੂਬਤਾਂ ਛੱਡਣੀਆਂ ਉੱਥੇ ਬੰਦ ਹੋ ਕੇ ਰੁਕ ਜਾਂਦੇ ਨੇ, ਉੱਥੇ ਬਲਾਕ ਕਰ ਲੈਂਦੇ। ਬਲਾਕ ਕਰਨਾ ਹਵਾਈ ਥੈਲੀਆਂ 'ਤੇ ਜ਼ਿਆਦਾ ਅਸਰ ਅੰਦਾਜ਼ ਹੁੰਦਾ ਹੈ, ਗਲੇ ਦੇ ਗੁੱਦਦ ਦੇ ਉੱਤੇ ਜ਼ਿਆਦਾ ਮੁਤਾਸਰ ਹੋ ਜਾਂਦਾ ਵੀ, ਪਾਣੀ ਭਰ ਜਾਂਦਾ ਹੈ, ਹਵਾ ਫੇਫੜੇ ਦੀਆਂ ਹਵਾਈ ਥੈਲੀਆਂ ਵਿੱਚ ਪਾਣੀ ਭਰ ਜਾਂਦਾ ਹੈ, ਜ਼ਿਆਦਾ ਉਹ ਆਪਣੀ ਆਕਸੀਜਨ ਦਾ ਕਾਰਬਨ ਦਾ ਜਿਹੜਾ ਤਬਾਦਲਾ ਉਹ ਨਹੀਂ ਕਰ ਪਾਉਂਦੇ, ਉੱਥੇ ਸਾਹ ਤੰਗ ਹੋ ਪੈਂਦਾ ਹੈ। ਫੇ ਗਲੇ ਦੇ ਗੁੱਦਦ ਵਿੱਚ ਇਸ ਤਰ੍ਹਾਂ ਪਾਣੀ ਭਰ ਜਾਂਦਾ, ਉੱਥੇ ਸਾਹ ਇੱਥੇ ਖਰਾਸ਼ ਪੈਦਾ ਹੋਣ ਲੱਗ ਪੈਂਦੀ, ਫਿਰ ਹੁਣ ਤਬੀਅਤ ਨੂੰ ਰੱਦ ਕਰਨ ਵਾਸਤੇ ਖਾਂਸੀ ਲਿਆਉਂਦੀ ਹੈ, ਜਦੋਂ ਵਾਰ ਵਾਰ ਖਾਂਸੀ ਆਉਂਦੀ ਹੈ ਫਿਰ ਕੁਦਰਤ ਦੇ ਨਿਜ਼ਾਮ ਵਿੱਚ ਜਿਵੇਂ ਗਰਮੀ ਬਹੁਤੀ ਆ ਜਾਵੇ ਜਾਂ ਸਰਦੀ ਬਹੁਤੀ ਆ ਜਾਵੇ ਬਾਰਿਸ਼ ਬਰਸਾ ਦਿੰਦੀ ਹੈ, ਇੱਥੇ ਫਿਰ ਉਹ ਜ਼ੁਕਾਮ ਹੋ ਪੈਂਦਾ ਹੈਗਾ, ਤਾਂ ਉਹਨੂੰ ਰੱਦ ਕਰਨ ਵਾਸਤੇ ਇਹ ਵੀ ਅੱਲਾ ਦੀ ਇੱਕ ਰਹਿਮਤ ਹੈਗੀ, ਜਿਹੜਾ ਨਜ਼ਲਾ ਹੋ ਪੈਣਾ ਜ਼ੁਕਾਮ ਹੋ ਪੈਣਾ ਵੀ ਬਚਾਓ ਵਾਲੇ ਪਾਸੇ, ਦੂਸਰੇ ਬੁਖਾਰ ਹੋ ਪੈਂਦਾ ਉਹਨੂੰ ਰੱਦ ਕਰਨ ਵਾਸਤੇ, ਗਰਮੀ ਨੂੰ ਜਦੋਂ ਰਤੂ ਇਹ ਜਮਾਓ ਜਿਹੜਾ ਉਹਨੂੰ ਤੋੜਨ ਵਾਸਤੇ ਗਰਮੀ ਪੈਦਾ ਉਹਨੂੰ ਬੁਖਾਰ ਹੋ ਪੈਂਦਾ, ਬੁਖਾਰ ਨੂੰ ਲਾਉਣਾ ਨਹੀਂ ਹੈਗਾ ਬੁਖਾਰ ਨੂੰ ਚੜਾਉਣਾ ਹੈ। ਇਹਦੇ ਹਿਫਜ਼ੇ ਮਾਤ ਕਦਮ ਦੇ ਉੱਤੇ ਚਾਹੀਦਾ ਸਾਨੂੰ ਕਿ ਜਿਸਮ ਨੂੰ ਹਰ ਵਕਤ ਗਰਮ ਰੱਖਣਾ ਹੈ, ਹਰ ਸੂਰਤ 'ਚ ਜੁਰਾਬਾਂ ਨਾਲ, ਜਰਸੀ ਨਾਲ, ਗਰਮ ਟੋਪੀ ਨਾਲ, ਔਰ ਜਿਸ ਤਰ੍ਹਾਂ ਵੀ ਹੋ ਸਕੇ ਜਿਸਮ ਨੂੰ ਗਰਮ ਰੱਖਣਾ ਹੈ। ਵੀ ਪਾਣੀ ਜਿਹੜਾ ਸਾਡਾ ਉਬਾਲ ਕੇ ਪੀਣਾ ਚਾਹੀਦਾ ਹੈ, ਬਲਕਿ ਮੈਂ ਕਹਾਂਗਾ ਨੀਮ ਗਰਮ ਪਾਣੀ ਪੀਣ, ਉਹ ਨਹੀਂ ਕਰ ਸਕਦੇ ਤਾਂ ਥੋੜ੍ਹਾ ਜਿਹਾ ਹੋਰ ਵੀ ਥੋੜ੍ਹਾ ਕਦਮ ਵਧਾ ਲਓ, ਦਾਰਚੀਨੀ, ਪੁਦੀਨਾ, ਬੜੀ ਇਲਾਚੀ ਦਾ ਪਾਣੀ ਉਬਾਲ ਕੇ ਥਰਮੋਸ 'ਚ ਜਾਂ ਖੁੱਲ੍ਹੇ ਬਰਤਨ 'ਚ ਰੱਖ ਲਓ, ਉਹ ਪੀਓ, ਸਾਰਿਆਂ ਨੂੰ ਬੱਚਿਆਂ ਨੂੰ ਵੀ ਪਿਲਾਓ, ਆਪ ਵੀ ਪੀਓ, ਔਰ ਜਿਸਮ ਨੂੰ ਗਰਮ ਰੱਖਣਾ ਹਰ ਸੂਰਤ। ਜੇ ਕਿਤੇ ਹੋ ਵੀ ਜਾਂਦਾ ਹੈ ਫਿਰ ਉੱਥੇ ਵੀ ਬੰਦੇ ਨੂੰ ਹਰਾਰਤ ਵਿੱਚ ਪਹੁੰਚਾਉਣਾ, ਡਰਨਾ ਨਹੀਂ ਹੈਗਾ।